ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼। ਲਗਾਤਾਰ ਪੰਜਾਬ ਦੀ ਸਿਆਸਤ ਜਿੱਥੇ ਕਰਵਟ ਲੈ ਰਹੀ ਹੈ, ਤਾਂ ਉੱਥੇ ਹੀ ਅੱਜ ਗੁਰਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ 3 ਖੇਤੀ ਕਾਨੂੰਨ ਰੀ ਅਪੀਲ ਕਰਨ ਦੀ ਗੱਲ ਕਹੀ ਹੈ। ਰੱਦ ਹੋਣਗੇ, ਸੈਸ਼ਨ ਆਉਣ ਵਾਲਾ ਹੈ। ਸਾਡੇ ਨਾਲ ਸੁਖਦੇਵ ਸਿੰਘ ਢੀਂਡਸਾ ਹਨ, ਗੱਲਬਾਤ ਕਰਾਂਗੇ। ਢੀਂਡਸਾ ਸਾਹਿਬ, ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਸ ਸਟੇਟਮੈਂਟ ਤੋਂ ਬਾਅਦ ਨਰਿੰਦਰ ਮੋਦੀ ਹੋਣਾ ਦੀ ਇਹ ਬਿਆਨ ਦਿੱਤਾ ਹੈ ਕਿ ਪਹਿਲੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਆਫੀ ਮੰਗੀ ਹੈ ਤੇ 3 ਖੇਤੀ ਕਾਨੂੰਨ ਹੁਣ ਰੱਦ ਹੋਣਗੇ। ਕਿਸਾਨਾਂ ਨੂੰ ਵੀ ਹੁਣ ਚਾਹੀਦਾ ਹੈ ਕਿ ਉਹ ਘਰਾਂ ਨੂੰ ਵਾਪਸ ਪਰਤਾਉਣ। ਸੈਸ਼ਨ ਸ਼ੁਰੂ ਹੋਣ ਵਾਲਾ ਹੈਗਾ। ਦੇਖੋ, ਮੈਂ ਸਮਝਦਾ ਮੋਦੀ ਸਾਹਿਬ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਬੜੇ ਅੱਛੇ ਢੰਗ ਨਾਲ ਕੀਤਾ, ਲੇਕਿਨ ਠੀਕ ਹੈ, ਦੇਰ ਆਏ ਦਰੁਸਤ ਆਏ। ਉਹਨਾਂ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਕੀਤਾ, ਜਦੋਂ ਕੀਤਾ ਕਿਸਾਨਾਂ ਦੀ ਬਹੁਤ ਵੱਡੀ ਲੜਾਈ ਸੀ ਔਰ ਇਤਿਹਾਸਕ ਲੜਾਈ ਲੜੀ ਹੈ ਉਹਨਾਂ ਨੇ, ਔਰ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਦੀ ਲੜਾਈ ਨੇ ਹੀ ਇਹ ਸਾਰਾ ਕੁਛ ਕੀਤਾ। ਔਰ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਸ਼ਹੀਦ ਹੋਏ ਨੇ ਸਿੰਘ, ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਦਾ। ਔਰ ਇਹਨਾਂ ਨੇ ਦੁਨੀਆ 'ਚ ਮੇਰਾ ਖਿਆਲ ਹੈ ਵੀ ਇੰਨੀ ਲੰਮੀ ਲੜਾਈ ਕੋਈ ਨਹੀਂ ਲੜ ਸਕਿਆ ਜੋ ਇਹਨਾਂ ਨੇ ਲੜੀ ਹੈ। ਉਹਨਾਂ ਨੂੰ ਇਹ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਉਹ ਜਿਹੜੇ ਹੋਰ ਹੈਗੇ ਕੰਮ ਉਹਨਾਂ ਦੇ, ਉਹ ਵੀ ਕਰ ਦੇਣ ਹੁਣ ਬੜੇ ਦਿਲ ਰੱਖ ਕੇ, ਚਾਹੇ ਉਹਨਾਂ ਨੂੰ ਮੁਆਵਜ਼ਾ ਦੇਣਾ ਜਿਹੜੇ ਬੰਦੇ ਮਰ ਗਏ, ਭਾਵੇਂ ਤੁਹਾਡੇ ਕਿਸਾਨ ਛੋਟੇ ਕਿਸਾਨ ਨੇ ਜਿਹੜੇ, ਚਾਹੇ 5 ਏਕੜ ਵਾਲਿਆਂ ਨੂੰ ਕਰ ਦੇਣਾ, ਉਹਨਾਂ ਨੂੰ ਉਹਨਾਂ ਦੇ ਕਰਜ਼ਾ ਮਾਫ ਕਰਨਾ, MSP ਨੂੰ ਲਾਗੂ ਕਰਨਾ, ਇਹ ਸਾਰੀਆਂ ਗੱਲਾਂ ਜੇ ਮੰਨ ਜਾਣਗੇ ਬਹੁਤ ਮਿਹਰਬਾਨੀ ਹੋਊਗੀ ਔਰ ਬਹੁਤ ਹੋਰ ਵੀ ਉਹਨਾਂ ਵਿੱਚ ਖੁਸ਼ੀ ਦਾ ਮਾਹੌਲ ਬਣੂਗਾ, ਅਗਰੇ ਵੀ ਕਰ ਲੈਣਗੇ। ਕਿਸਾਨ ਲੀਡਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ MSP ਤੇ ਗਰੰਟੀ, ਚਾਹੇ ਇਲੈਕਟ੍ਰਿਸਿਟੀ ਬਿੱਲ ਦੀ ਗੱਲ ਹੋਵੇ, ਸੀਡ ਬਿੱਲ ਜਿਹੜਾ ਹੈਗਾ, ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਹਨ ਉਹ ਵੀ ਪੂਰੀਆਂ ਕੀਤੀਆਂ ਜਾਣ, ਉਦੋਂ ਤੱਕ ਉਹ ਉੱਥੋਂ ਦੀ ਅੰਦੋਲਨ ਖਤਮ ਨਹੀਂ ਕਰਨਗੇ ਜਦੋਂ ਤੱਕ ਸੰਸਦ ਦੇ ਵਿੱਚ ਇਹ ਰੱਦ ਨਹੀਂ ਹੋ ਜਾਂਦੇ। ਨਹੀਂ ਦੇਖੋ, ਇਹ ਤਾਂ ਰੱਦ ਹੋ ਹੀ ਜਾਣਾ, ਜਦੋਂ ਪ੍ਰਧਾਨ ਮੰਤਰੀ ਨੇ ਕਹਿਤਾ ਮਾਫ਼ੀ ਮੰਗ ਲਈ, ਉਹ ਤਾਂ ਰੱਦ ਹੋ ਹੀ ਜਾਣੇ ਨੇ। ਉਹ ਤਾਂ ਪਾਰਲੀਮੈਂਟ ਦਾ 29 ਤਾਰੀਖ ਨੂੰ ਆ ਰਿਹਾ ਸੈਸ਼ਨ, ਉਹਦੇ 'ਚ ਰੱਦ ਹੋ ਜਾਣਗੇ। ਅਤੇ ਮੈਂ ਸਮਝਦਾ ਉਹਨਾਂ ਨੂੰ ਵੀ ਬੜਾ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ, ਇਸ ਤਰ੍ਹਾਂ ਨਹੀਂ ਕਿਸੇ ਗੱਲ 'ਤੇ ਅੜਨਾ। ਔਰ ਮੈਂ ਸਮਝਦਾ ਜੇ ਇਹ ਰਿਪੀਲ ਕਰ ਸਕਦੇ ਤਾਂ ਬਾਕੀ ਗੱਲਾਂ ਵੀ ਮੰਨ ਲੈਣਗੇ, ਮੰਨ ਲੈਣੀਆਂ ਚਾਹੀਦੀਆਂ ਉਹਨਾਂ ਨੂੰ। ਮੈਂ ਅਪੀਲ ਕੀਤੀ ਹੈ, ਮੈਂ ਕਰਨਾ ਚਾਹੁੰਦਾ, ਹੁਣ ਵੀ ਅਪੀਲ ਕਰਨਾ ਚਾਹੁੰਦਾ, ਔਰ ਉਹਨਾਂ ਨੂੰ ਵੀ ਚਾਹੀਦਾ ਕਿ ਹੁਣ ਬਹੁਤ ਦੁੱਖ ਸਹਿਆ ਉਹਨਾਂ ਨੇ, ਬੜੇ ਵਿਚਾਰੇ ਬਜ਼ੁਰਗ ਵਾਂ ਸਾਡੇ, ਮਾਤਾਵਾਂ ਭੈਣਾਂ ਬਹੁਤ ਦੁੱਖ ਸਹਿ ਕੇ 1 ਸਾਲ ਤੋਂ ਦੁੱਖ ਸਹਿ ਰਹੇ ਨੇ, ਉਹਨਾਂ ਨੂੰ ਹੁਣ ਆਰਾਮ ਵੀ ਲੈਣਾ ਚਾਹੀਦਾ। ਅਤੇ ਔਰ ਐਸੇ ਪਵਿੱਤਰ ਜਗ੍ਹਾ, ਪਵਿੱਤਰ ਦਿਨ 'ਤੇ ਉਹਨਾਂ ਨੇ ਫੈਸਲਾ ਕੀਤਾ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਪੁਰਬ ਮਨਾਇਆ ਜਾ ਰਿਹਾ ਸਾਰੀ ਦੁਨੀਆ ਵਿੱਚ। ਇੱਕ ਸਵਾਲ ਹੋਰ ਹੈ, ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਾਂਗਰਸ ਤੋਂ ਜਦੋਂ ਵੱਖ ਹੋਏ, ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜੇਕਰ ਕੇਂਦਰ ਸਰਕਾਰ 3 ਬਿੱਲ ਇਹ ਰੱਦ ਕਰ ਦਿੰਦੀ ਹੈ, ਤਾਂ ਉਹ ਸੀਟ ਸ਼ੇਅਰਿੰਗ ਜਿਹੜੀ ਹੈਗੀ ਹੈ ਭਾਜਪਾ ਦੇ ਨਾਲ ਕਰਕੇ 2022 ਦੀ ਚੋਣ ਲੜ ਸਕਦੇ ਨੇ। ਸੁਖਦੇਵ ਸਿੰਘ ਢੀਂਡਸਾ ਹੋਣਾ ਦਾ ਕੀ ਅੱਗੇ ਸਿਆਸੀ ਸਫ਼ਰ ਕਿਸ ਤਰੀਕੇ ਦਾ ਹੈਗਾ, ਕੀ ਤੁਸੀਂ ਵੀ ਭਾਜਪਾ ਦੇ ਨਾਲ ਜਾਂ ਸੀਟ ਸ਼ੇਅਰਿੰਗ ਬਾਰੇ ਕੁਝ ਵਿਚਾਰ ਚਰਚਾ ਕਰ ਸਕਦੇ ਹੋ, ਕਿਉਂਕਿ ਹੁਣ ਖੇਤੀ ਕਾਨੂੰਨ ਰੱਦ ਹੋ ਚੁੱਕਿਆ। ਦੇਖੋ, ਗੱਲ ਇਹ ਹੈ ਕਿ ਮੇਰਾ, ਮੈਂ ਆਪਣੇ ਆਪ ਕੁਛ ਨਹੀਂ ਕਰਨਾ, 2-3 ਦਿਨ 'ਚ ਮੀਟਿੰਗ ਸੱਦ ਰਹੇ ਹਾਂ। ਠੀਕ ਹੈ, ਅਸੀਂ ਇਕੱਲੇ ਇਲੈਕਸ਼ਨ ਨਹੀਂ ਲੜ ਸਕਦੇ, ਸਾਡੇ ਕੋਲ 2-3 ਆਪਸ਼ਨ ਹੈ, ਉਹਨਾਂ ਨਾਲ ਬੈਠ ਕੇ ਕਰਾਂਗੇ ਵੀ ਕੀ ਕਿਸ ਪਾਸੇ ਤੁਰਨਾ, ਕਿਵੇਂ ਤੁਰਨਾ, ਅਤੇ ਉਹ ਪਾਰਟੀ ਜੋ ਫੈਸਲਾ ਕਰੂ ਉਹਦੇ ਮੁਤਾਬਕ ਚੱਲਾਂ। ਕੀ ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਵੀ ਮੀਟਿੰਗਾਂ ਹੋ ਸਕਦੀਆਂ ਨੇ? ਅਜੇ ਤੱਕ ਕੋਈ ਮੀਟਿੰਗ ਨਹੀਂ ਹੋਈ, ਕੋਈ ਗੱਲ ਨਹੀਂ ਹੋਈ। ਕੈਪਟਨ ਸਾਹਿਬ ਨੇ ਜੋ ਗੱਲਾਂ ਕੀਤੀਆਂ ਨਹੀਂ ਕਰ ਸਕੇ ਉਹ, ਚਾਹੇ ਮਾਫ਼ੀ ਸੀ, ਰੇਤ ਮਾਫ਼ੀ ਆ, ਸ਼ਰਾਬ ਮਾਫ਼ੀ ਆ, ਟਰਾਂਸਪੋਰਟ ਮਾਫ਼ੀ ਆ, ਮਾਫ਼ ਕਿਹੜਾ ਮਾਫ਼ੀ ਆ ਜਿਹਨੇ ਪੂਰੀ ਉਹਨਾਂ ਨੇ ਉਹਦੇ 'ਚ 1% ਕੋਈ ਫਰਕ ਨਹੀਂ ਪਿਆ, ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੋਈ ਹੱਲ ਲੱਭਿਆ ਉਹਨਾਂ ਨੇ, ਕੋਈ ਸੁਝਾਅ ਦਿੱਤੀ ਕਿਸੇ ਨੂੰ ਜਾਂ ਫੜਿਆ ਕੋਈ ਬੰਦਾ। ਇਸ ਕਰਕੇ ਉਹਦੀ ਵੀ, ਜਿਵੇਂ ਪ੍ਰਧਾਨ ਮੰਤਰੀ ਜੇ ਮਾਫ਼ੀ, ਉਹਦੀ ਮਾਫ਼ੀ ਮੰਗਣਗੇ ਤਾਂ ਹੀ ਕੋਈ ਗੱਲ ਬਣੂ। ਇੱਕ ਸਿਆਸੀ ਗਲਿਆਰੀਆਂ ਦੇ ਵਿੱਚ ਹੁਣ ਚਰਚਾਵਾਂ ਇਹ ਚੱਲ ਪਈਆਂ ਨੇ ਕਿ ਜਿਹੜਾ ਭਾਜਪਾ ਦਾ ਗੱਠਜੋੜ ਅਕਾਲੀ ਦਲ ਨਾਲ ਸੀ, ਕਿਤੇ ਨਾ ਕਿਤੇ ਉਹ ਮੁੜ ਹੋ ਸਕਦਾ। ਹਾਲਾਂਕਿ ਹਰਜੀਤ ਗਰੇਵਾਲ ਜੋ BJP ਦੇ ਲੀਡਰ ਹਨ,
ਉਹ ਸਾਫ਼ ਤੌਰ ਤੇ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਨਾਲ ਹੁਣ ਕਿਸੇ ਵੀ ਸੂਰਤ ਦੇ ਵਿੱਚ ਗੱਠਜੋੜ ਨਹੀਂ ਹੋਵੇਗਾ। ਇਹ ਤਾਂ ਉਹੀ ਦੋਨੇ ਦਾ ਫੈਸਲਾ ਕਰ ਸਕਦੇ ਨੇ, ਆਪਾਂ ਉਹਦੇ ਬਾਰੇ ਮੈਂ ਕੀ ਕਮੈਂਟ ਕਰ ਸਕਦਾ, ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ। ਪਰ ਪੰਜਾਬ ਦੀ ਅਗਲੀ ਸਿਆਸਤ ਜਿਹੜੀ ਹੈਗੀ ਆ, ਚਾਹੇ ਪਰਮਿੰਦਰ ਸਿੰਘ ਢੀਂਡਸਾ ਹੋਣ ਜਾਂ ਜਿਵੇਂ ਤੁਹਾਡੀ ਬਿਰਮੀ ਜੀ ਹੋਣਾ ਨਾਲ ਗੱਠਜੋੜ ਹੋਇਆ ਹੈਗਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ, ਤੇ ਹੋਰ ਅਜਿਹੇ ਕਿਹੜੇ ਚਿਹਰੇ ਹਨ ਜਿਹੜੇ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਸਕਦੇ ਨੇ, ਤਾਂ ਜੋ ਜਿਵੇਂ ਤੁਸੀਂ ਵੀ ਹੁਣ ਕਹਿ ਰਹੇ ਹੋ ਕਿ ਤੁਸੀਂ ਵੀ ਬੈਠਕਾਂ ਹੁਣ ਸ਼ੁਰੂ ਕਰੋਗੇ, ਮੁਲਾਕਾਤਾਂ ਹੋਣਗੀਆਂ, ਆਫਕੋਰਸ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਰਮਿੰਦਰ ਜੀ ਹੋਣਾ ਨੂੰ ਵੀ ਤੁਸੀਂ ਅੱਗੇ ਲਿਆ ਰਹੇ ਹੋ, ਰੀਪ੍ਰਜੈਂਟ ਕਰ ਰਹੇ ਹੋ? ਦੇਖੋ ਗੱਲ ਇਹ ਹੈ ਕਿ ਮੈਂ ਤਾਂ ਕੋਈ ਇਲੈਕਸ਼ਨ ਲੜਨੀ ਨਹੀਂ, ਅਸੀਂ ਤਾਂ ਚਾਹੁੰਦੇ ਹਾਂ ਵੀ ਪੰਜਾਬ ਦਾ ਲੋਕਾਂ ਦੇ ਇੱਕ ਹੈਗਾ ਕਿ ਇੱਕ ਐਸਾ ਫਰੰਟ ਬਣਨਾ ਚਾਹੀਦਾ ਜਾਂ ਐਸਾ ਬਦਲ ਹੋਣਾ ਚਾਹੀਦਾ ਜਿਹੜਾ ਇਹਨਾਂ ਪਾਰਟੀਆਂ ਨੂੰ ਛੱਡ ਕੇ, ਜਿਹੜੀਆਂ ਦੇਖ ਚੁੱਕੇ ਨੇ ਜਿਹਨਾਂ ਨੂੰ, ਉਹਨਾਂ ਨੂੰ ਛੱਡ ਕੇ ਕੋਈ ਨਵਾਂ ਰਸਤਾ ਲੱਭਿਆ ਜਾਵੇ, ਸ਼ਾਇਦ ਪੰਜਾਬ ਦਾ ਕੋਈ ਭਲਾ ਹੋ ਸਕੇ, ਉਸ ਵੱਲ ਅਸੀਂ ਤੁਰੇ ਹੋਏ ਹਾਂ। ਮਤਲਬ ਇਹ ਮੰਨ ਲਿਆ ਜਾਵੇ ਕਿ ਬੈਠਕਾਂ, ਕਿਉਂਕਿ ਸਿਆਸਤ ਦੇ ਵਿੱਚ ਸਭ ਕੁਛ ਜਾਇਜ਼ ਹੈ, ਕਿਸੇ ਵੇਲੇ ਵੀ ਕੁਛ ਵੀ ਹੋ ਸਕਦਾ ਹੈਗਾ, ਮੀਟਿੰਗਾਂ ਹਰ ਸਿਆਸੀ ਪਾਰਟੀ ਦੇ ਨਾਲ ਕਰ ਸਕਦੇ ਹੋ ਤੁਸੀਂ? ਨਹੀਂ, ਪਾਰਟੀਆਂ ਮੀਟਿੰਗਾਂ ਤਾਂ ਹੁੰਦੀਆਂ ਨੇ, ਮੀਟਿੰਗਾਂ ਤਾਂ ਕੋਈ ਕਿਸੇ ਤੇ ਗੁਨਾਹ ਨਹੀਂ, ਪਰ ਲੇਕਿਨ ਉਹਨਾਂ ਪਾਰਟੀਆਂ ਨਾਲ ਨਹੀਂ ਅਸੀਂ ਕਰ ਸਕਦੇ, ਨਾ ਬਦਲ ਅਕਾਲੀ ਦਲ ਨਾਲ ਕਰ ਸਕਦੇ, ਨਾ ਕਾਂਗਰਸ ਨਾਲ ਕਰ ਸਕਦੇ ਹਾਂ, ਤੇ ਇਸ ਕਰਕੇ ਬੀਜੇਪੀ ਨਾਲ ਵੀ ਅਜੇ ਤੱਕ ਕੋਈ ਸਾਡਾ ਕਰਨ ਦਾ ਹੈ ਨਹੀਂ, ਤੇ ਹੋਰ ਪਾਰਟੀਆਂ ਉਹਨਾਂ ਨਾਲ ਕਹਿੰਦੀਆਂ, ਜਿਵੇਂ NCP ਦੇ ਪ੍ਰਧਾਨ ਬੈਠੇ ਨੇ NCP ਦੇ, ਔਰ ਚੰਦਰ ਸ਼ੇਖਰ ਆਜ਼ਾਦ ਹੈ ਜਿਹੜਾ, ਉਹਦੇ ਨਾਲ ਗੱਲ ਸਾਡੀ ਗੱਲਬਾਤ ਗੱਠਜੋੜ ਹੋਇਆ, ਹੋਰ ਵੀ ਤਿੰਨ ਚਾਰ ਪਾਰਟੀਆਂ ਨਾਲ ਗੱਠਜੋੜ ਹੋਇਆ, ਤੇ ਉਹਦੇ ਫਰੰਟ ਬਣਾਉਣ ਦੀ ਸੋਚ ਰਹੇ। ਸਭ ਕਿਵੇਂ ਦੇਖਦੇ ਹੋ, ਅਰਵਿੰਦ ਕੇਜਰੀਵਾਲ ਨੇ 20 ਤਰੀਕ ਨੂੰ ਆਉਣਾ ਸੀਗਾ ਸੋਨੂ ਸੂਦ ਹੋਣਾ ਨਾਲ ਮੁਲਾਕਾਤਾਂ, ਤਕਰੀਬਨ ਹਰ ਇੱਕ ਸਿਆਸੀ ਪਾਰਟੀਆਂ ਕਰ ਰਹੀਆਂ ਨੇ, ਵੱਡੇ ਲੀਡਰ ਕਰ ਰਹੇ ਨੇ, ਤਾਂ ਹੁਣ ਉਹ 22 ਤਰੀਕ ਨੂੰ ਆਉਣਗੇ। ਇੱਕ ਸਟੇਟਮੈਂਟ ਜਾਰੀ ਹੁੰਦੀ ਆ ਉਹਨਾਂ ਦੀ ਅੱਜ ਕਿ ਕਿਸਾਨਾਂ ਦੇ ਜਸ਼ਨ 'ਚ ਸ਼ਾਮਿਲ ਹੋਣਗੇ, ਤੁਸੀਂ ਇਸ ਸ਼ਬਦ ਨੂੰ ਕਿਵੇਂ ਦੇਖਦੇ ਹੋ ਕਿ ਇੰਨੇ ਲੰਬੇ ਸੰਘਰਸ਼ ਦੇ ਵਿੱਚ ਜਿਸ ਵਿੱਚ ਕਿਸਾਨ ਸ਼ਹੀਦ ਹੋਏ ਹੋਣ, ਕੀ ਅਜਿਹੇ ਸਿਆਸੀ ਲੀਡਰਾਂ ਨੂੰ ਅਜਿਹੇ ਜਸ਼ਨਾਂ ਦੇ ਵਿੱਚ ਜਾਂ ਸ਼ਾਮਿਲ ਹੋਣਾ ਚਾਹੀਦਾ, ਜਾਂ ਇਸ ਸ਼ਬਦ ਤੇ ਵੀ ਕਾਫੀ ਇਤਰਾਜ਼ ਉੱਠ ਰਿਹਾ ਕਿ ਇਹ ਸ਼ਬਦ ਨਾ ਵਰਤਿਆ ਜਾਵੇ? ਦੇਖੋ, ਉਹਨੂੰ ਨਾ ਕਿਸਾਨੀ ਦਾ ਪਤਾ, ਨਾ ਕਿਸਾਨਾਂ ਬਾਰੇ ਪਤਾ, ਉਹ ਆਪਣੇ ਤੌਰ ਤੇ ਬਿਆਨ ਦਿੰਦਾ, ਪਤਾ ਨਹੀਂ ਕੀ ਦਿੰਦਾ, ਹੁਣ ਮੈਂ ਉਸਦੇ ਬਾਰੇ ਕੁਛ ਨਹੀਂ ਕਹਿ ਸਕਦਾ, ਉਹ ਤਾਂ ਉਹਦੀ ਪਰਸਨਲ ਹੈਗੀ ਵਿਊ ਹੈਗਾ, ਕੀ ਹੈ ਕੀ ਨਹੀਂ ਉਹ ਠੀਕ ਹੈ। ਤੇ ਇੱਕ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ SGPC ਦੇ ਕਈ ਮੈਂਬਰ ਜਾਂ ਹੋਰ ਕਈ ਪਾਰਟੀ ਲੀਡਰ BJP ਵਾਲੇ ਇਹ ਦਾਅਵਾ ਕਰ ਰਹੇ ਨੇ ਕਿ ਉਹ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਖੇਤੀ ਕਾਨੂੰਨ ਰੱਦ ਹੁੰਦੇ ਨੇ ਤਾਂ ਉਹ ਮੁੜ ਭਾਜਪਾ ਦੇ ਵਿੱਚ ਜਾ ਸਕਦੇ ਨੇ। ਦੇਖੋ, ਗੱਲ ਇਹ ਹੈ ਕਿ ਪੰਜਾਬ ਦੀ ਸਿਚੁਏਸ਼ਨ ਰੋਜ਼ ਚੇਂਜ ਹੁੰਦੀ ਹੈ, ਜਿੰਨਾ ਚਿਰ ਕੋਈ ਚੀਜ਼ ਵਾਪਰ ਨਾ ਜਾਵੇ ਉਹਨਾਂ ਚਿਰ ਕਿਸੇ ਗੱਲ 'ਤੇ ਇਤਬਾਰ ਕਰਨਾ ਔਖਾ ਹੈ, ਕਿਉਂਕਿ ਪਤਾ ਨਹੀਂ ਕੀ ਹੋ ਜਾਏ ਹਰ ਰੋਜ਼। ਦੇਖੋ, ਕੈਪਟਨ ਦਾ ਕੋਈ ਅਸਤੀਫਾ ਕਹਿੰਦਾ ਸੀ, ਸਿੱਧੂ ਦਾ ਪ੍ਰਧਾਨ ਬਣਨਾ ਜਾਂ ਉਹਦਾ ਮੁੜ ਕੇ ਅਸਤੀਫਾ ਦੇਣਾ ਕੋਈ ਕਹਿੰਦਾ ਸੀ, ਚੰਨੀ ਦਾ ਮੁੱਖ ਮੰਤਰੀ ਬਣਨਾ ਕੋਈ ਕਹਿੰਦਾ ਸੀ, ਅਤੇ ਇਸ ਕਰਕੇ ਉਹ ਤਾਂ ਰੋਜ਼ ਸਿਚੁਏਸ਼ਨ ਚੇਂਜ ਹੁੰਦੀ ਹੈ। ਹੁਣ ਇਹ ਕੋਈ ਕਹਿੰਦਾ ਸੀ ਵੀ ਅੱਜ ਦੇ ਦਿਨ ਇਹ ਬਿੱਲ ਰੱਦ ਹੋ ਜਾਣਗੇ, ਇਸ ਕਰਕੇ ਇਹ ਜੇ ਵੇਟ ਐਂਡ ਵਾਚ ਹੋਵੇਗੀ, ਉਹ ਦੇਖਾਂਗੇ ਕੀ ਕਰਦੇ। ਤਾਂ ਇਹ ਸਨ ਸਾਡੇ ਨਾਲ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਜੀ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਰੰਗ ਹਰ ਸੈਕਿੰਡ ਹਰ ਪਲ ਬਦਲ ਰਿਹਾ, ਤਾਂ ਹੁਣ ਆਉਣ ਵਾਲੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੀ ਸਿਆਸੀ ਮਾਹੌਲ ਬਣਦਾ ਹੈ ਤਾਂ ਵੇਖਣ ਵਾਲੀ ਗੱਲ ਹੋਵੇਗੀ। ਫਿਲਹਾਲ ਇਹਨਾਂ ਵੱਲੋਂ ਜੋ ਵੀ ਲਾਈਕ ਮਾਈਂਡਡ ਪਾਰਟੀਆਂ ਨੇ ਜਾਂ ਲੀਡਰ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ, ਪਰ ਜਿਸ ਤਰੀਕੇ ਨਾਲ ਭਾਜਪਾ ਹੁਣ ਦਾਅਵਾ ਕਰ ਰਹੀ ਹੈ ਕਿ ਉਹ ਪੰਜਾਬ ਦੇ ਵਿੱਚ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ, ਆਖਿਰ ਕਿਹੜੇ ਉਹ ਚਿਹਰੇ ਹੋਣਗੇ ਜਿਹੜੇ ਭਾਜਪਾ ਦੇ ਨਾਲ ਜਾ ਸਕਦੇ ਨੇ, ਜਾਂ ਫਿਰ ਕਿਸੇ ਹੋਰ ਪਾਰਟੀਆਂ ਦੇ ਨਾਲ ਭਾਜਪਾ ਗੱਠਜੋੜ ਕਰਕੇ ਚੱਲੇਗੀ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ। ਪਰ ਪੰਜਾਬ ਦੀ ਸਿਆਸੀ ਫਿਜ਼ਾ ਪੂਰੀ ਤਰੀਕੇ ਨਾਲ ਬਦਲ ਚੁੱਕੀ ਹੈ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਹਰਜੋਤ ਕੌਸ਼ਿਕ ਦੇ ਨਾਲ ਫੈਕਟ ਨਿਊਜ਼ ਲਈ ਵਰੁਣ ਭੱਟ।